ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਅਤੇ ਬਹੁਤ ਹੀ ਖਾਸ ਸ਼ੋਅ ਕਵਰ ਸਾਹਿਬ ਨਾਲ ਕਰਾਂਗੇ। ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀ ਟਰਾਈ ਕਰ ਰਹੇ ਨੇ, ਪਰ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆਸਟ੍ਰੇਲੀਆ ਔਰ ਕੈਨੇਡਾ 'ਚ ਰੂਲ ਸਖਤ ਹੋਣ ਕਾਰਨ ਘੱਟ ਆਰਟ ਸਕੋਰ 'ਤੇ ਰਹਿ ਜਾਂਦੇ ਨੇ। ਕਈ ਸਟੂਡੈਂਟਸ ਨੇ ਜਿਹੜੇ ਚਾਰ ਚਾਰ ਪੰਜ ਪੰਜ ਵਾਰ ਕਮਰ ਸਾਹਿਬ ਐਫਰਟ ਕਰਦੇ ਨੇ, 5.5 ਤੋਂ ਉੱਤੇ ਉਹਨਾਂ ਦੇ ਬੈਂਡ ਨਹੀਂ ਜਾਂਦੇ ਜਾਂ ਉਸ ਤੋਂ ਵੀ ਘੱਟ ਰਹਿ ਜਾਂਦੇ ਨੇ। ਉਹਨਾਂ ਬਾਰੇ ਪੁੱਛਣਾ ਚਾਹੂੰਗਾ ਕਿ ਉਹਨਾਂ ਲਈ ਯੂਰਪ ਦੇ ਵਿੱਚ ਪੋਸੀਬਿਲਿਟੀਜ਼ ਹੈਗੀਆਂ ਨੇ, ਕਿੰਨਾ ਕੁ ਵੀਜ਼ੇ ਦਾ ਉੱਧਰ ਸਕਸੈਸ ਰੇਟ ਹੁੰਦਾ ਹੈ, ਕਿੰਨਾ ਕੁ ਖਰਚਾ, ਕਿੰਨੀ ਕੁ ਇਨਕਮ, ਇਹ ਸਾਰੇ ਪਹਿਲੂਆਂ 'ਤੇ ਗੱਲ ਕਰਨਾ ਚਾਹੂੰਗਾ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਵਾਲ ਇਹੀ ਹੈ ਕਮਲ ਸਾਹਿਬ, ਘੱਟ ਆਰਟਸ ਜਿਨ੍ਹਾਂ ਦੀ ਰਹਿ ਜਾਂਦੀ ਹੈ ਤਮਾਮ ਕੋਸ਼ਿਸ਼ ਦੇ ਬਾਵਜੂਦ, ਜਿਹੜੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਨਹੀਂ ਜਾ ਸਕਦੇ, ਕੀ ਕਰਨ? ਯੂਰਪ 'ਚ ਪੋਸੀਬਿਲਿਟੀਆਂ ਦੇਖੋ, ਡੈਫੀਨੇਟਲੀ ਡੱਲਾ ਜੀ, ਯੂਰਪ 'ਚ ਪੋਸੀਬਿਲਿਟੀਜ਼ ਉਹਨਾਂ ਬੱਚਿਆਂ ਲਈ ਹੈਗੀਆਂ ਜਿਹੜੇ ਕਿਤੇ ਨਾ ਕਿਤੇ ਆਪਣਾ ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਣ ਦੇ ਸੁਪਨੇ ਜਾਂ ਟਾਰਗੇਟ ਨੂੰ ਪੂਰਾ ਨਹੀਂ ਕਰ ਸਕਦੇ। ਸੋ ਯੂਰਪ ਦੇ ਵਿੱਚ ਜਿਹੜੀਆਂ ਮੇਜਰ ਆਪਸ਼ਨਸ ਹੈ, ਜਿੱਥੇ ਆਪਾਂ ਕਹੀਏ ਵੀਜ਼ੇ ਦਾ ਸਕਸੈਸ ਰੇਟ ਹੈ ਜਾਂ ਜਿੱਥੇ ਆਪਾਂ ਕਹੀਏ ਕਿ ਵੀਜ਼ੇ ਦੇ ਚਾਂਸਿਸ ਜ਼ਿਆਦਾ ਆ, ਉਹ ਕੰਟਰੀਜ਼ ਕਿਹੜੀਆਂ ਕਿਹੜੀਆਂ ਨੇ ਔਰ ਉਹਨਾਂ ਦੇ ਵਿੱਚ ਸਿਸਟਮ ਕੀ ਹੈ। ਸੋ ਮੈਂ ਦੱਸ ਦਿੰਦਾ, ਸਭ ਤੋਂ ਪਹਿਲਾਂ UK ਹੈ ਜਿਹਨੂੰ ਤੁਸੀਂ ਇਸ ਟਾਈਮ ਐਕਸਟ੍ਰੀਮ ਲਾਈਨ 'ਚ ਰੱਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਗਿਣ ਸਕਦੇ ਹੋ ਜਰਮਨੀ ਨੂੰ, ਫਿਰ ਤੁਸੀਂ ਲੈ ਸਕਦੇ ਹੋ ਮਾਲਟਾ ਨੂੰ, ਐਂਡ ਦੈਨ ਤੁਸੀਂ ਲੈ ਸਕਦੇ ਹੋ ਲਾਟਵੀਆ, ਐਂਡ ਅਖੀਰ 'ਚ ਚਾਹੇ ਤੁਸੀਂ ਰੱਖੋ ਸਾਈਪ੍ਰਸ, ਬਟ ਕਈ ਕੇਸਾਂ 'ਚ ਅੱਧਿਆਂ 'ਚ ਘੁੰਮ ਕੇ ਸਾਈਪ੍ਰਸ ਪਹਿਲਾਂ ਆ ਜਾਂਦਾ। ਸੋ ਕਿੱਦਾਂ, ਮੈਂ ਤੁਹਾਨੂੰ ਸਾਰਾ ਦੱਸਦਾ ਜੀ। UK ਦੇ ਵਿੱਚ ਉਹ ਬੱਚਾ ਅੱਜ ਦੀ ਡੇਟ 'ਚ ਅਪਲਾਈ ਕਰ ਸਕਦਾ ਜਿਹਦਾ 2 ਸਾਲ ਦਾ ਗੈਪ ਹੈ, ਆਇਲਸ ਚਾਹੇ ਕੀਤੀ ਹੈ ਚਾਹੇ ਨਹੀਂ ਕੀਤੀ, ਇਟ ਡਜ਼ਨਟ ਮੈਟਰ, ਬਟ ਉਹਦੇ 60% ਓਵਰਆਲ ਔਰ 60% ਇੰਗਲਿਸ਼ 'ਚ ਹੋਣੇ ਜ਼ਰੂਰੀ ਹੈ। ਔਰ ਅਗਰ ਉਹ ਵਿਦਾਊਟ ਆਇਲਸ ਹੋਊਗਾ ਤਾਂ ਯੂਨੀਵਰਸਿਟੀ ਦੇ ਵੱਲੋਂ ਹਰ ਚਾਂਸਿਸ ਉਹਦਾ ਇੰਟਰਵਿਊ ਲਿਆ ਜਾਵੇ, ਜਦਕਿ ਹੁਣ ਕੁਛ ਯੂਨੀਵਰਸਿਟੀਜ਼ ਨੇ ਇੰਟਰਵਿਊ ਲੈਣੇ ਛੱਡਤੇ ਆ। ਸੋ ਤੁਸੀਂ ਆਹ ਵੀ ਇੱਕ ਫਾਇਦਾ ਚੱਕ ਸਕਦੇ ਹੋ ਅਗਰ ਤੁਸੀਂ ਜਲਦੀ ਅਪਲਾਈ ਕਰਦੇ ਹੋ। ਅੰਗਰੇਜ਼ੀ 'ਚ 60% ਟੋਟਲ ਵੀ ਔਰ ਇੰਗਲਿਸ਼ 'ਚ ਵੀ ਜੀ, ਠੀਕ ਹੈ ਜੀ। ਇਸ ਤੋਂ ਬਾਅਦ ਹੁਣ ਅਗਰ ਆਪਣੇ ਕੋਲ 5.5 ਬੈਂਡ ਨੇ ਤਾਂ ਆਪਾਂ ਜਰਮਨੀ ਦਾ ਸੋਚ ਸਕਦੇ ਹਾਂ, ਬਟ ਅਗਰ ਤੁਸੀਂ ਜਰਮਨੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਪਊਗਾ ਕਿ ਉੱਥੇ ਆਰਟਸ ਵਾਲੇ ਸਟੂਡੈਂਟ ਦੀ ਕੋਈ ਐਂਟਰਟੇਨਮੈਂਟ ਨਹੀਂ ਗੀ। ਉੱਥੇ ਨੋਰਮਲੀ ਜਿਹੜਾ ਸਟੂਡੈਂਟ ਹੈ ਨੋਨ ਮੈਡੀਕਲ, ਮੈਡੀਕਲ ਔਰ ਕਮਰਸ ਵਾਲਾ ਜਿਹੜਾ ਬੱਚਾ, ਉਹ ਅੱਛਾ ਸਕਸੈਸ ਰੇਟ ਕਰ ਸਕਦਾ। ਔਰ ਈਵਨ ਜੇ ਤੁਹਾਡੇ 5.5 ਬੈਂਡ ਵੀ ਹੈ, ਯੂਰਪ ਦੀਆਂ ਜਿਹੜੀਆਂ ਸ਼ੈਨਿਗਨ ਕੰਟਰੀਜ਼ ਨੇ, ਖਾਸ ਕਰਕੇ ਜਰਮਨੀ, ਮਾਲਟਾ, ਲਾਟਵੀਆ, ਤਿੰਨੋਂ ਕੰਟਰੀਜ਼, ਇਹਨਾਂ ਤਿੰਨਾਂ ਦੇ ਵਿੱਚ ਇੰਟਰਵਿਊ ਹੈਗਾ। ਸੋ ਤੁਸੀਂ ਕਿਸੇ ਵੀ ਕੇਸ 'ਚ ਇਹਨਾਂ ਦੇ ਇੰਟਰਵਿਊਜ਼ ਤੋਂ ਨਹੀਂ ਬਚ ਸਕਦੇ। ਜਰਮਨੀ ਦਾ ਇੰਟਰਵਿਊ ਥੋੜ੍ਹਾ ਜਿਹਾ ਤੁਸੀਂ ਸਟਿਫ ਗਿਣ ਸਕਦੇ ਹੋ ਕੰਪੈਰੇਟਿਵਲੀ ਮਾਲਟਾ ਜਾਂ ਲਾਟਵੀਆ, ਜਿਨ੍ਹਾਂ ਦਾ ਇੰਟਰਵਿਊ ਕਾਫੀ ਰਿਲੈਕਸਡ ਰਹਿੰਦਾ। ਬਟ ਜਰਮਨੀ ਦੇ ਵਿੱਚ ਥੋੜ੍ਹਾ ਜਿਹਾ, ਕਿਉਂਕਿ ਟੈਕਨੀਕਲ ਕੰਟਰੀ ਹੈ ਔਰ ਕਾਫੀ ਇਕਨੋਮਿਕਲੀ ਸਟਰੋਂਗ ਹੈ ਔਰ ਕਾਫੀ ਪੋਸੀਬਿਲਿਟੀਜ਼ ਉੱਥੇ ਹੈਗੀਆਂ ਨੇ ਔਰ ਅੱਛੀ ਐਜੂਕੇਸ਼ਨ ਹੈ, ਸੋ ਡੈਫੀਨੇਟਲੀ ਉੱਥੇ ਜਿਹੜੇ ਕੁਸ਼ਚਨਸ ਹੈ ਥੋੜ੍ਹੇ ਡਿਟੇਲ 'ਚ ਜ਼ਰੂਰ ਪੁੱਛੇ ਜਾਂਦੇ ਆ। ਬਟ ਅੱਛਾ ਸਕਸੈਸ ਰੇਟ ਆ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੀ ਇੱਕ ਅੱਛੀ ਇੰਗਲਿਸ਼ ਹੈਗੀ ਹੈ, ਚਾਹੇ ਉਹ ਸਕੋਰ ਉਹਨਾਂ ਨਹੀਂ ਲੈ ਸਕੇ ਜਿੰਨਾ ਉਹ ਰਿਕੁਆਇਰਡ ਸੀਗਾ ਨੋਰਮਲੀ ਕੈਨੇਡਾ, ਆਸਟ੍ਰੇਲੀਆ ਲਈ। ਸੋ 5.5 ਬੈਂਡ ਨਾਲ ਵੀ ਤੁਸੀਂ ਇੱਥੇ ਮਾਸਟਰਸ ਤੱਕ ਦੇ ਪ੍ਰੋਗਰਾਮ, ਮਤਲਬ ਜਿਹੜਾ ਗ੍ਰੈਜੂਏਟ ਵੀ 5.5 ਹੋਲਡਰ ਹੈ, ਉਹ ਵੀ ਜਰਮਨੀ ਜਾਣ ਦਾ ਸੋਚ ਸਕਦਾ ਹੈ। ਸੋ ਜਰਮਨੀ ਤੋਂ ਬਾਅਦ ਆ ਜਾਂਦਾ ਜੀ ਮਾਲਟਾ। ਸੋ ਮਾਲਟਾ ਉਹਨਾਂ ਬੱਚਿਆਂ ਲਈ ਜਿਹੜੇ ਜਰਮਨੀ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੇ ਆਰਟਸ ਦੇ ਸਬਜੈਕਟਸ ਨੇ ਔਰ ਕੁਛ ਟੈਕਨੀਕਲੀ ਉਹਨਾਂ ਕੋਲ ਨਹੀਂ ਗਾ ਔਰ ਜ਼ਿਆਦਾ ਬਹੁਤ ਸਟਰੋਂਗ ਇੰਗਲਿਸ਼ ਨਹੀਂ ਗੀ ਕਿ ਉਹ ਆਪਣੀ ਇੰਟਰਵਿਊ ਨੂੰ ਕਰੈਕ ਕਰ ਸਕਣ। ਸੋ ਉਹ ਬੱਚੇ ਮਾਲਟਾ ਔਰ ਲਾਟਵੀਆ ਦੇ ਵਿੱਚੋਂ ਕੁਛ ਵੀ ਆਪਟ ਕਰ ਸਕਦੇ ਆ ਦੋਨੋਂ ਕੰਟਰੀਜ਼ ਦੇ ਵਿੱਚੋਂ, ਲੇਕਿਨ ਦੋਨੋਂ ਕੰਟਰੀਜ਼ 'ਚ ਫਿਰ ਵੀ ਇੰਟਰਵਿਊ ਤੁਹਾਡਾ ਰਹੇਗਾ ਹੀ। ਬਟ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਆਇਆ ਕਿ ਮਾਲਟਾ ਜਿਹੜਾ ਉਹ ਥੋੜ੍ਹਾ ਐਕਸਪੈਂਸਿਵ ਹੈ, ਉੱਥੇ ਫੀਸ ਅਰਾਊਂਡ 7-7.5 ਲੱਖ ਰਹੂਗੀ ਪਹਿਲੇ ਸਾਲ ਦੀ, ਅਗਲੇ ਸਾਲ ਦੀ ਫੀਸ ਜਿਹੜੀ ਉਹ 5,000 ਹੀ ਹੈ। ਬਟ ਅਦਰ ਸਾਈਡ ਅਗਰ ਆਪਾਂ ਲਾਟਵੀਆ ਦੇਖਦੇ ਹਾਂ ਤਾਂ ਲਾਟਵੀਆ ਦੀ ਸ਼ਾਇਦ ਪਹਿਲੇ ਸਾਲ ਦੀ ਫੀਸ ਸਾਰੇ ਖਰਚੇ ਪਾ ਕੇ ਵੀ ਤੁਹਾਨੂੰ 5.5 ਲੱਖ ਤੱਕ ਰਹੂਗੀ ਔਰ ਉਸ ਤੋਂ ਅਗਲੇ ਸਾਲਾਂ ਦੀ ਫੀਸ ਕਾਫੀ ਘੱਟ ਜਾਂਦੀ ਹੈ, ਅਰਾਊਂਡ 3,500 ਯੂਰੋ ਦੇ ਆਸ ਪਾਸ ਚਲੇ ਜਾਂਦੀ ਹੈ। ਸੋ ਇਹਦੇ ਅਗੇਂਸਟ ਹੁਣ ਜਿਹੜੀ ਇੱਕ ਹੋਰ ਕੰਟਰੀ ਬਚੀ ਉਹ ਬਚੀ ਸਾਈਪ੍ਰਸ। ਸੋ ਸਾਈਪ੍ਰਸ ਉਹ ਸਾਰੇ ਬੱਚੇ ਜਿਨ੍ਹਾਂ ਦਾ 8-10 ਸਾਲ ਦਾ ਗੈਪ ਹੈ, ਆਇਲਸ ਨਹੀਂ ਹੈਗੀ, ਇੰਗਲਿਸ਼ ਵੀਕ ਹੈ, ਇੰਟਰਵਿਊ ਨਹੀਂ ਦੇ ਸਕਦੇ, ਉਹ ਸਾਰੇ ਬੱਚੇ ਸਾਈਪ੍ਰਸ ਨੂੰ ਅਡੋਪਟ ਕਰ ਸਕਦੇ ਆ। ਬਟ ਜਿਹੜੇ ਬੱਚੇ ਇੰਗਲਿਸ਼ ਨਾਲ ਲਾਟਵੀਆ, ਮਾਲਟਾ ਜਾਂ ਜਰਮਨੀ ਨੂੰ ਅਡੋਪਟ ਕਰ ਸਕਦੇ ਆ, ਉਹ ਵੀ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖ ਲੈਣ ਕਿ ਅਗਰ ਕਿਸੇ ਵੀ ਕਾਰਨ ਤੋਂ ਜਰਮਨੀ, ਮਾਲਟਾ ਜਾਂ ਲਾਟਵੀਆ ਤੋਂ ਰਿਫਿਊਜ਼ ਹੁੰਦੇ ਆ ਤਾਂ ਫਿਰ ਉਹ ਸਾਈਪ੍ਰਸ ਵੀ ਨਹੀਂ ਜਾ ਸਕਦੇ। ਸਾਈਪ੍ਰਸ ਕਦੀ ਵੀ ਸ਼ੈਨਿਗਨ ਰਿਫਿਊਜ਼ਡ ਕੇਸਿਸ ਨੂੰ ਵੀਜ਼ਾ ਨਹੀਂ ਦਿੰਦਾ। ਸੋ ਮੇਕ ਅ ਸਟਰੋਂਗ ਮਾਈਂਡ ਇਸ ਤੋਂ ਪਹਿਲਾਂ ਕਿ ਤੁਸੀਂ ਜਰਮਨੀ ਜਾਂ ਲਾਟਵੀਆ ਜਾਂ ਮਾਲਟਾ ਦਾ ਰਿਸਕ ਲਓ ਅਪਲਾਈ ਕਰਨ ਦਾ। ਉਸ ਤੋਂ ਪਹਿਲਾਂ ਮੇਕ ਸ਼ੋਰ ਕਰ ਲਓ ਕਿ ਤੁਸੀਂ ਇਨਫ ਇੰਟਰਵਿਊ ਦੇ ਕੈਪੇਬਲ ਹੈਗੇ ਹਾਂ ਔਰ ਤੁਸੀਂ ਆਪਣੀ ਇੰਟਰਵਿਊ ਨੂੰ ਸਟਰੋਂਗਲੀ ਕੈਚ ਕਰ ਸਕਦੇ ਹਾਂ, ਬਿਕੋਜ਼ ਅਗਰ ਸ਼ੈਨਿਗਨ ਨਹੀਂ ਹੋਇਆ ਕੱਲ੍ਹ ਨੂੰ ਤਾਂ ਸਾਈਪ੍ਰਸ ਵੀ ਆਟੋਮੈਟਿਕਲੀ ਨਹੀਂ ਹੋ ਸਕਦਾ। ਔਰ ਪ੍ਰੈਜੈਂਟਲੀ ਅਗਰ ਤੁਸੀਂ ਉਹ ਨਹੀਂ ਅਟੈਂਪਟ ਕਰ ਰਹੇ ਤਾਂ ਤੁਸੀਂ ਸਟ੍ਰੇਟ ਵੇ 100% ਤੱਕ ਸਾਈਪ੍ਰਸ ਦਾ ਵੀਜ਼ਾ ਲੈ ਸਕਦੇ ਹੋ। ਸੋ ਆਪਣੇ ਦਿਮਾਗ ਨੂੰ ਕੈਲਕੂਲੇਟ ਕਰਨਾ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਬੱਚੇ ਆਪਣੇ ਫਿਕਸ ਗੋਲ ਜਾਂ ਫਿਕਸ ਮਕਸਦ ਨਾਲ ਚੱਲਦੇ ਨੇ ਆਪਣੀ ਜ਼ਿੰਦਗੀ 'ਚ ਔਰ ਉਹ ਆਪਣੇ ਪ੍ਰੋਫਾਈਲ 'ਤੇ ਘੱਟ ਨਜ਼ਰ ਦਿੰਦੇ ਨੇ। ਇਹ ਫੈਕਟ ਹੈ। ਸਾਡੇ ਕੋਲ ਜਿਹੜਾ ਵੀ ਬੱਚਾ
90% केसां चा हुंदा कि वो अपने जिहड़ा बाहर फॉर्म भरदा है उहदे उत्ते उहने लिखिया हुंदा जी मैं अपना कैनेडा जाना या मैं आस्ट्रेलिया जाना, बट जो उहदा प्रोफाइल देखते हैं असीं किसी को आयल्स नहीं है, किसी की आयल्स 5.5 बैंड रह गई, किसी के 2-3 साल का गैप है, किसी की परसेंटेज वीक है, सो पॉसीबिलिटीज़ उन्हां दीआं नहीं हुंदीआं। सो एक मैं जरूर कहना चाहूँगा बच्चों नूं कि ठीक है तुहाडा ड्रीम डेस्टिनेशन तुहाडा मेन एम कैनेडा आस्ट्रेलिया न्यूजीलैंड हो सकता है, बट जरूरी नहीं है कि हर गोल आपां सीधे तौर पर प्राप्त करिए। उहदे च तुसीं अपना पैसा भी रिस्क पर लाउंदे हो, अपने घरदिआं दी मेहनत भी रिस्क पर लाउंदे हो, तो उहदी जगह जे उहनां दे पैसे की वैल्यू करो और अपनी मेहनत नूं वधा के रखो जी तां तुहाडे लिए बहुत अच्छे गेटवेज जिहड़े आ ओह साइप्रस वर्गी जगह तों वी बणदे आ। इक सवाल अहम है, छोटा छोटा दस्सियो आयल्स ते विदाउट आयल्स दे विच की फर्क है, उत्थे इनकम ते एक्सपेंस खर्चा किन्ना हुंदा है इन्हां कंट्रीज़ लई, यूरोप लई खास तौर ते, देखो पर पार्ट टाइम जॉब्स इनकम दा सिनेरियो की? देखो हुण आपां अगर यूके दी गल करदे आं तां आई थिंक लीगल सैलरी जिहड़ी हैगी अराउंड 6 पाउंड प्लस हैगी है पर आवर दे हिसाब नाल। सो एक बच्चा जिहड़ा हैगा है वह अराउंड 120 पाउंड वीकली कमा सकता जिहदे च आई थिंक वो रह भी सकता है और खाना खा सकता है, अपनी अकोमोडेशन शेयर कर सकता है, फीस लिए शायद जो उन्होंने छुट्टियां फुल टाइम अलाउड होएगा तो उदो ज़्यादा सेव कर सकता है। ए अगेंस्ट आप जर्मनी जाने तो उत्थे भी अराउंड 8-9 यूरोज़ हैगी है इनकम, गुड इनकम है, तुसी उहदे च अपने काफ़ी एक्सपेंस कवर कर सकते हो, बट स्टिल ब्लॉक अकाउंट उत्थे तुहाडे कोल हुंदा है, सो वो भी एक पैसा तुहानूं हैल्प करदा सर्वाइव करन लई। माल्टा एंड लटविया दोनों के उन्नी ज़्यादा इनकम आप कही माल्टा च तो हैगी है सॉरी, बिकॉज बहुत तगड़ा टूरिस्ट स्पॉट है वो यूरोप का और बहुत अच्छी इनकम अपॉर्चुनिटीज़ उत्थे होंदियां एंड देर इज़ हाई पॉसीबिलिटीज़ कि तुसीं उत्थे वर्क परमिट भी बहुत ईजी लै सकते हैं। लटविया तुहानूं बहुत ज़्यादा सेविंग नहीं दे सकता, बट वो तुहाडी पढ़ाई बहुत सस्ते च खत्म करा सकता है और तुहानूं फ्यूचर की सैटलमेंट दे सकता है। सेम ही सिनारियो साइप्रस दे विच है, साइप्रस भी तुहानूं एक तो सब तो वह मेजर पार्ट है कि वह 100% तक तुहानूं वीज़ा दे दिंदा है, चाहे तुहाडा प्रोफाइल जिदा का भी उल्टा सीधा हैगा है या वो चार्ल्स घट है या गैप ज़्यादा है या होर प्रॉब्लम्स ने, अनटिल एंड अनलैस तुसी शेनेगन रिफ्यूज़ नहीं हो तो तुसी साइप्रस तो वीज़ा लै सकते हो। सैलरीज़ या इनकम की गल करा तो उत्थे एक क्योंकि जिहड़ी लैंग्वेज है यूरोप दे विच इंग्लिश बहुत ज़्यादा नहीं है, सो लोकल लैंग्वेज का प्रभाव हुंदा है, जिन्नी जल्दी तुसी लोकल लैंग्वेज ते कंट्रोल करदे हो उन्नी ज़्यादा जॉब पॉसिबिलिटीज़ तुसी क्रिएट कर सकते हो। और प्लस अगर तुसी कुछ ही कॉलेज असी जिदा एक कॉलेज ना काम करते हो तो वॉल्वरहैम्पटन यूनिवर्सिटी ना टाया आप यूके ना, सो देर इज़ हायर चांसिज कि अगर तुसी उत्थों पढ़न जाने एंड फर्दर तुसी अपनी स्टडीज़ नू वॉल्वरहैम्पटन ट्रांसफर भी कर सकते हैं, यूके की भी उत्थों पॉसिबिलिटीज़ क्रिएट कर सकते हैं। सो मेजरली इदा के बच्चों लिए जरूरी हुंदा है पहला इंडिया चो किसी ना किसी होर जगह पर पहुँचना जिथे वो सक्सैसफुली पहुँच सकन और उत्थों अगे दे रस्ते फिर बन जाते हैं। जरूर है थोड़ी मेहनत करनी पैंदी है, थोड़ी लाइफ स्ट्रगल करनी पैंदी है, पर जे आपां पहलां घट कीती है कितना कितने आप पढ़ाई घटना कितना कितने आप इंग्लिश घटना तो फिर आप दूजे पासे कितना कितने जोर लाने लई जिंदगी तैयार होने चाहिए हैं, आप अपने मकसद पर पहुँच सकते हैं अगर आप डिटरमिंड हैं, अगर आप पूरे फोकसड हैं और आप लगन नाल मेहनत नाल चीज़ों करना चाहते हैं। श्योर, बहुत बहुत धन्यवाद कंवर साहब, मैनूं लगता बहुत ज़्यादा हैल्पफुल तुहाडा इह शो रहेगा स्टूडेंट्स के लिए। सो 10-11 मिनट के बहुत अहम जानकारियां कंवर साहब ने साडे लिए समेटियां ने। कंवर साहब अखीर कोई खास सुनेहा देना चाहो तो आप शो वाइंड अप? बस मैं ही कहूँगा कि जो तुम अपने प्रोफाइल के अकॉर्डिंग जो भी तुम किसी भी कंसल्टेंट को, मैं नहीं कहता मेरे को, बट किसी भी कंसल्टेंट को या काउंसलर को बैठते हो एक ओपन माइंड ना बैठा करो कि मैं वो प्रोफाइल अपना डिस्कस करना और ये को मैं सुनना कि यह लॉजिकली की रीजनिंग दिता है, बेशक वो रीजनिंग तुम दो जगह चार जगह चैक करो किसी होर ना भी वेरीफाई करो, नॉट अ प्रॉब्लम, अगर वो सही होगा तो कितना कितने किसी के मुकाबले खड़े होगा और तुहानू अगर नाल कंसल्टेंट नू या एजेंट नू जज करन दी थोड़ी सेंस होगी या तुहाडे नाल कोई होगा जिन्हों अच्छी समझ या परख होवे तां फिर ज़्यादा वधिया तुसी आंसर्स कढ़ सकोगे, बट ओपन एंड ब्रॉड माइंडेड ना बैठोगे तो अपने प्रोफाइल के अकॉर्डिंग वधिया सोल्यूशन लैके निकलोगे, बट अगर तुसी एक जिद लैके बैठोगे जी करना तो करना कनेडा नहीं तो नहीं करना तो फिर हो सकता है कि अगले की दुकानदारी वो तुहानू मना करे ना और रिफ्यूजल आ जूगी, सिर तुसी किसी का पाड़ नहीं सकते, मैं ऑनेस्टली कह दिंदा। सो बेहतर यही है कि आपां अपने प्रोफाइल नू पहलां समझिए और फिर किसी नू आपां दोषी ठहराइए, सो अपने प्रोफाइल नू तुहानू समझना जरूरी हैगा। सो इस तरह बहुत बहुत धन्यवाद कंवर साहब, बहुत बहुत धन्यवाद, सो सारे स्टूडेंट्स नू बहुत बहुत धन्यवाद।